रामपुरा फूल में एक कलयुगी पिता द्वारा अपनी नाबालिग बेटी के साथ शारीरिक शोषण करने का मामला सामने आया है। नाबालिगा की शिकायत पर थाना सिटी रामपुरा की पुलिस द्वारा आरोपित पिता पर मामला दर्ज कर उसे गिरफ्तार कर लिया गया है। थाना सिटी रामपुरा को दी शिकायत में रामपुरा फूल निवासी रानी 14 वर्ष ने बताया कि वह शहर के एक स्कूल में 11वीं कक्षा की छात्रा है। छेड़खानी करते हैं मेरे नाल मेरा डैडी। कौन करता है? मेरा डैडी जी। जी मेरे को कॉल पे रात को उठ जो नहीं उठती थी तो मार दूंगी थी। कदों तो पहले छेड़खानी करते हैं? 10 मई तो। इसको पहला नहीं करता? ਇਸ ਤੋਂ ਪਹਿਲਾਂ ਨਹੀਂ ਕਰਦੇ, ਜਦੋਂ ਦਾ ਆਏ ਸੀ ਠੇਕੇ ਤੋਂ ਉਦੋਂ ਦਾ ਕਰਨ ਲੱਗੇ। ਕੀ ਹੁਣ ਤੁਹਾਡੇ ਨਾਲ ਫਿਰ ਉਹ 10-12 ਦਿਨਾਂ ਤੋਂ ਕਿਉਂ ਛੇੜਖਾਨ ਨਹੀਂ ਕਰਨ ਲੱਗੇ? ਜੀ ਨਸ਼ਾ ਕਰਦੇ ਚਿੱਟਾ। ਕੀ ਕੰਮ ਕਰਦੇ ਹੋ? ਠੇਕੇ ਤੇ ਲੱਗੇ ਹੋਏ ਆ। ਤੁਹਾਡੇ ਮਦਰ ਫਾਦਰ ਦੀ ਸੰਬੰਧ ਕਿਵੇਂ ਆਪਸ? ਮੇਰੀ ਮਦਰ ਦੀ ਘੱਟ ਹੀ ਬਣਦੇ ਨੇ ਡੈਡੀ ਨਾਲ। ਮੇਰੀ ਸੀਮਾ ਕੀ ਤੁਹਾਡੇ ਭਾਣ ਦੀ ਨਾਲ ਕਰਦੇ? ਵੀਰੇ ਮੇਰੀ ਭੈਣ ਪਹਿਲਾਂ ਸ਼ੁਰੂ ਤੋਂ ਹੀ ਇਹਨਾਂ ਲੜਦਾ ਉੜਦਾ ਸੀ ਬਾਲਾ ਜੀ ਮੇਰੇ ਭੈਣ ਦੇ ਨਾਲ ਉਹਦਾ ਘਰ ਵਾਲਾ। ਤੇ ਜਦੋਂ ਮੈਨੂੰ ਕਹਿੰਦੇ ਕਿ ਫੋਨ ਫਾਨ ਤੇ ਨਾ ਤੁਹਾਨੂੰ ਫੋਨ ਦਿੰਦਾ ਸੀ ਇਹਨੂੰ, ਉਹਦੇ ਫੋਨ ਲੈਣੇ ਆਪ ਕਮਾ ਕੇ 4-5 ਘਰਾਂ ਦਾ ਕੰਮ ਕਰਦੀ ਆਪ ਮੇਰੀ ਭੈਣ। ਤੇ ਜਾ ਕੇ ਕੰਮ ਕਰਕੇ ਇਹਨੇ ਵਿਚਾਰੀ ਨੂੰ ਫੋਨ ਲਿੱਤਾ, ਜੇ ਫੋਨ ਤੇ ਅਸੀਂ ਗੱਲ ਕਰਨ ਨੂੰ ਕਹਿੰਦੇ ਇਹ ਗੱਲ ਨਾ ਕਰਨ ਦਿੰਦਾ ਸਾਨੂੰ, ਜੇ ਗੱਲ ਕਰਦਾ ਕਹਿੰਦਾ ਹੈਂਡ ਫਰੀ ਕਰਕੇ ਗੱਲਾਂ ਕਰ ਕਹਿ ਦਿੰਦਾ। ਇਹ ਮੈਨੂੰ ਕਹਿੰਦੇ ਤੂੰ ਫੋਨ ਨਾ ਲਾਇਆ ਕਰ ਮੇਰੇ ਕੋਲ, ਮੈਨੂੰ ਕੁੱਟਮਾਰ ਕਰਦਾ ਮੇਰੇ ਨਾਲ ਆਪਸ ਹੀ, ਫਿਰ ਫੋਨ ਲਾਉਣਾ ਵੀ ਹਟ ਗਏ ਇਹਨੂੰ। ਪਰ ਇੱਕ ਦਿਨ ਇਹਨਾਂ ਨੇ ਮੇਰੇ ਭਰਾ ਨੇ ਮੇਰੇ ਕੋਲ ਰਿਕਾਰਡਿੰਗ ਭੇਜੀ, ਉਹ ਕਹਿੰਦੇ ਕਿ ਉਹਦੇ ਨਾਲ ਮੇਰੀ ਕੁੜੀ ਕੁੜੀਆਂ ਨਾਲ ਆਹ ਹਰਕਤਾਂ ਕਰ ਰਿਹਾ ਤਾਂ ਮਤਲਬ ਕਿ ਇਹਦਾ ਘਰ ਡੈਡੀ। ਮੈਂ ਕਿਹਾ ਤਾਂ ਹੋ ਹੀ ਨਹੀਂ ਸਕਦਾ, ਜਦੋਂ ਰਿਕਾਰਡਿੰਗ ਦੱਸੀ ਮੈਨੂੰ ਸਬੂਤ ਫਿਰ ਮਿਲਿਆ ਇਹ ਗੱਲਾਂ ਦਾ ਕਿ ਹਾਂ ਵਾਕਈ ਗੱਲਾਂ ਸੱਚ ਨੇ ਗੀਆਂ। ਫਿਰ ਮੈਂ ਕੁੜੀ ਨੂੰ ਬੁਲਾ ਕੇ ਗੱਲ ਕੀਤੀ, ਕੁੜੀ ਕੋਲ ਗਈ ਮੈਂ ਆਪ, ਉਹਦੇ ਕੋਲ ਜਾ ਕੇ ਗੱਲਾਂ ਕੀਤੀਆਂ, ਕਹਿੰਦੇ ਮਾਸੀ ਮੇਰੇ ਨਾਲ ਆਹ ਹਰਕਤਾਂ ਕਰਦਾ ਹੈਗਾ, ਨਾ ਉਹ ਗੱਲ ਕਰਨ ਦਿੰਦਾ ਸੀਗਾ, ਕਦੇ ਤਾਂ ਉਹਨਾਂ ਨਾਲ ਪੈਣ ਨੂੰ ਕਹਿ ਦਿੰਦਾ। ਮੇਰੇ ਭੈਣ ਘਰੇ ਆ ਕੇ ਜੇ ਸੋ ਜਾਂਦੀ ਉਹਨੂੰ ਕਹਿ ਦਿੰਦਾ ਕਿ ਮੇਰੇ ਨਾਲ ਪਏ, ਉਹ ਕਹਿੰਦਾ ਪੈਂਦੀ ਨਹੀਂ ਨਾਲ, ਜਦੋਂ ਨਾ ਪੈਂਦੀ ਉਹਨੂੰ ਕੁੱਟਮਾਰ ਕਰਦਾ ਉਹਦੇ ਨਾਲ, ਜਾਂ ਉਹਨੂੰ ਕਹਿੰਦਾ ਕਿ ਵੀਡੀਓ ਦਿਖਾਉਂਦਾ ਤੇ ਨਾ ਦੇਖਦੀ ਉਹਦੇ ਮੱਖਾਂ ਤੇ ਪੇਚਕਸ ਮਾਰਦਾ ਉਹਦੇ। ਤੇ ਜਾ ਕੇ ਆਨੇ ਸਾਹਿਬ ਇੱਕ ਦਿਨ ਪਿਛਲੀ ਦਿਨ ਦੀ ਗੁਨੀ ਨਾਲ ਗੋਲੀਆਂ ਵੀ ਦੇ ਦਿੰਦਾ ਸੀਗਾ ਕਿ ਖਾ ਲੈ ਇਹਨੂੰ, ਜੇ ਨਹੀਂ ਖਾਂਦੀ ਤਾਂ ਕੁੱਟਮਾਰ ਕਰਦਾ ਸੀਗਾ। ਇੱਕ ਦਿਨ ਜਾ ਕੇ ਸਕੂਲ ਚ ਲੈ ਆਏ ਜਾ ਕੇ ਇਹਨੂੰ, ਇਹਦੀ ਮੰਮੀ ਨੂੰ ਸ਼ੱਕ ਹੋਇਆ ਕਿ ਇੱਕਦਾਂ ਕਦਾ ਸਕੂਲ ਚ ਗਿਆ ਨਹੀਂ ਹੈਗਾ ਤੇ ਹੁਣ ਕਿੱਥੋਂ ਇਹ ਮਤਲਬ ਕਿ ਲੈ ਕੇ ਜਾਣ ਲੱਗਾ। ਮੇਰੀ ਭੈਣ ਸਕੂਲ ਚ ਲੱਗੀ ਹੋਈ, ਉਹਨੇ ਫੋਨ ਕੀਤਾ, ਉਹ ਕਹਿੰਦੀ ਕਿਵੇਂ ਮੇਰੇ ਮੰਮੀ ਨੂੰ, ਮੰਮੀ ਕਹਿੰਦੀ ਕਿ ਕੋਈ ਗੱਲ ਹੈਗੀ ਜਿਹੜੀ ਕੁੜੀ ਲੈ ਕੇ ਗਿਆ ਅੱਜ। ਤੇ ਮੇਰੇ ਮੰਮੀ ਫਿਰ ਉਹਨੇ ਪੈਰ ਕੱਪੜੇ ਧੋਣ ਧੋਣ ਦੀ ਘਰੇ ਕੰਮ ਛੱਡ ਕੇ ਆਈ ਹੋਈ ਨਾਲ ਦੀ ਨਾਲ, ਇਹਨਾਂ ਦੋਨਾਂ ਨੂੰ ਕੁੱਟਮਾਰ ਕਰੀ ਜਾਂਦਾ ਸੀ ਇਹ। ਫਿਰ ਬਾਅਦ ਚ ਮੰਮੀ ਨੇ ਪੁੱਛਿਆ ਵੀ ਕੀ ਗੱਲ ਹੋਈ, ਇਹਨਾਂ ਨੇ ਕੋਈ ਦੱਸੀ ਨਾ ਕੋਈ ਵੀ ਗੱਲ। ਤੇ ਬਾਅਦ ਚ ਆਨੇ ਸਾਰ ਨੂੰ ਮੇਰੀ ਭੈਣ ਆ ਕੇ ਮੇਰੀ ਮੰਮੀ ਕੋਲ ਬੋਲੀ, ਮੰਮੀ ਕਹੀ ਆਹ ਗੱਲਾਂ ਕਰਦਾ ਮੇਰੇ ਦਾ ਸੰਤੋਸ਼ ਆਪ। ਤੇ ਅਸੀਂ ਕਹਿੰਦੇ ਤੂੰ ਕਿਸੇ ਨਾਲ ਸਬੂਤ ਕੋਈ ਰਿਕਾਰਡਿੰਗ ਲਾ, ਕੋਈ ਉਹ ਕਰ ਲਾ, ਕੋਈ ਸਬੂਤ ਜੇ ਆਪਾਂ ਉਹ ਦੱਸ ਦਿਆਂਗੇ ਕਿਸੇ ਨੂੰ ਸੱਚ ਨਹੀਂ ਆਉਂਦਾ ਗੱਲ ਦਾ ਇਹ। ਇਹਨੇ ਫਿਰ ਕੁੜੀ ਨੇ ਫੋਨ ਕੀਤਾ, ਫਿਰ ਉਹ ਰਿਕਾਰਡਿੰਗ ਸਾਡੇ ਕੋਲ ਭੇਜੀ ਇਹਨਾਂ ਨੇ। ਫਿਰ ਅਸੀਂ ਥਾਣੇ ਚ ਰਿਪੋਰਟ ਦਿੱਤੀ ਆ ਕੇ, ਮੈਂ ਕਿਹਾ ਵੀ ਆਹ ਗੱਲਾਂ ਹੋਈ ਜਾਂਦੀ ਹੈਗੀ, ਸਾਨੂੰ ਅਸੀਂ ਦਿੱਤੀ 25 ਦਿਨ ਦੀ ਰਿਪੋਰਟ ਦਿੱਤੀ ਸੀਗੀ, ਇਹਨਾਂ ਨੇ ਸਾਡੀ ਗੁਰਮੇਲ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗੀ। ਇੱਕ ਦਿਨ ਬੰਦਾ ਸਾਨੂੰ ਉੱਥੇ ਆਪਣੇ ਕੁੱਲ ਵਾਲੀ ਫੈਕਟਰੀ 'ਚ ਫੋਨ ਆਇਆ ਸਾਡੇ ਕੋਲ, ਕਹਿੰਦਾ ਬੰਦਾ ਉੱਥੇ ਬੈਠਾ ਹੈਗਾ। ਅਸੀਂ ਤਾਂ ਉਹਨੂੰ ਕਿਹਾ, ਉਹਨਾਂ ਨੂੰ ਜਾਂ ਗੁਰਮੇਲ ਨੂੰ ਮੇਰੀ ਮੰਮੀ ਨੂੰ ਫੋਨ ਕੀਤਾ, ਉਹ ਕਹਿੰਦਾ ਮੈਂ ਤਾਂ ਹਾਈਕੋਰਟ ਜਾ ਰਿਹਾ ਚੰਡੀਗੜ੍ਹ ਕਿ ਅਸੀਂ ਮੈਂ ਬੰਦਾ ਚੱਕ ਨਹੀਂ ਸਕਦੇ ਗੇ। ਕੱਲ੍ਹ ਮੇਰੀ ਭੈਣ ਨੇ ਮੇਰੇ ਕੋਲ ਫੋਨ ਕੀਤਾ, ਕਹਿੰਦੀ ਕਿ ਸੀਮਾ ਕੀ ਮੈਂ ਨਾ ਵੀ ਉਹਨੂੰ ਆਪਦੇ ਘਰ ਵਾਲੇ ਨੂੰ ਮਿੱਠੇ ਪੈਰੇ ਕੋਲ ਸੱਦ ਲਿਆ ਕਿ ਤੂੰ ਉਹਨੂੰ ਬੰਦਾ ਚੁਕਾ ਦੇ ਉਹਨੂੰ। ਅਸੀਂ ਵੀ ਫਿਰ ਮੈਂ ਮੰਮੀ ਨੂੰ ਫੋਨ ਕੀਤਾ, ਮੈਂ ਕਿਹਾ ਮੰਮੀ ਤੂੰ ਥਾਣੇ 'ਚ ਫੋਨ ਤੇ ਗੱਲ ਕਰ ਲਾ। ਇਹਨਾਂ ਨੇ ਥਾਣੇ 'ਚ ਗੱਲ ਕੀਤੀ, ਉਹ ਕਹਿੰਦਾ ਵੀ ਮੈਂ ਤਾਂ ਬਠਿੰਡੇ ਜਾ ਰਿਹਾ ਹਾਂਗਾ। ਇਵੇਂ ਮੰਮੀ ਬੋਲਣ ਲੱਗ ਗਈ, ਕਹਿੰਦੀ ਚੱਲ ਮੈਂ ਵੀ ਤੁਸੀਂ ਮੇਰੀ ਨਹੀਂ ਗੱਲ ਸੁਣਦੇ, ਮੈਂ ਵੀ ਆਪਣੇ ਆਪਣੇ ਆਹ ਮਹਿਲਾ ਮੰਡਲ 'ਚ ਜਾਂਦੀ ਹੈ, ਕਹਿੰਦੀ ਮੈਂ ਮਹਿਲਾ ਮੰਡਲ 'ਚ ਜਾਂਦੀ ਹੈਗੀ। ਤੇ ਫਿਰ ਮੈਂ ਮੰਮੀ ਨੂੰ ਕਿਹਾ ਮੈਂ ਚੱਲ ਮੈਂ ਕਰਦੀ ਹਾਂ ਗੱਲ ਉਹਨਾਂ ਨਾਲ। ਮੈਂ ਗਰਮੇਲ ਨਾਲ ਉਹਨੂੰ ਸਰ ਨੂੰ ਫੋਨ ਲਾਇਆ, ਉਹ ਕਹਿੰਦੇ ਵੀ ਮੈਂ ਬਠਿੰਡੇ ਜਾ ਰਿਹਾ ਹਾਂਗਾ। ਮੈਂ ਕਿਹਾ ਸਰ ਜੀ ਤੁਸੀਂ ਬਠਿੰਡੇ ਜਾ ਰਹੇ ਹੋਗੇ, ਫਿਰ ਵੀ ਉੱਥੇ ਕੋਈ ਬੰਦਾ ਤਾਂ ਹੋਊਗਾ ਹੀ ਉਹਨਾਂ ਦਾ। ਮੈਂ ਕਿਹਾ ਤੁਸੀਂ ਮੁਕੰਦ ਥਾਣੇ 'ਚ ਆ ਜਾਓ, ਕਹਿੰਦੇ ਅਸੀਂ ਥਾਣੇ 'ਚ ਵਗ ਗਏ। ਥਾਣੇ 'ਚ ਜਾ ਕੇ ਫਿਰ ਅਸੀਂ ਸਰ ਨਾਲ ਗੱਲ ਕੀਤੀ, ਉੱਥੇ ਇੱਕ ਮੰਮੀ ਫਿਰ ਬੋਲਣ ਲੱਗ ਗਏ, ਕਹਿੰਦੇ ਕਿ ਤੁਸੀਂ ਵੀ ਸਾਡੀ ਗੱਲ ਨਹੀਂ ਸੁਣ ਰਹੇ, ਇਹਨੂੰ ਕਹਿੰਦੇ ਤੁਸੀਂ ਬਾਹਰ ਕਰੋ ਇਹਨਾਂ ਨੂੰ। ਕਹਿੰਦੇ ਮੈਂ ਇਹਨਾਂ ਨੂੰ ਬਾਹਰ ਕਰਤਾ। ਮੈਂ ਸਰ ਨੂੰ ਕਿਹਾ ਮੈਂ ਸਰ ਜੀ ਬੰਦਾ ਘਰੇ ਬੈਠਾਗਾ,
ਤੁਸੀਂ ਨਾਲ ਚੱਲੋ ਸਾਡੇ ਭੈਣ ਨਾਲ ਚੱਲੋ ਸਾਨੂੰ ਅਸੀਂ ਮਕੀ ਨਾ ਤੁਹਾਨੂੰ ਬੰਦਾ ਮੈਚ ਕਰਨੀ ਨਾਲ ਉਹ ਕਹਿੰਦੇ ਤੁਸੀਂ ਕੀ ਲੱਗਦੇ ਮੈਂ ਕਿਹਾ ਮੈਂ ਉਹਦੀ ਮਕੀ ਭੈਣ ਮੇਰੀ ਭੈਣ ਦੀ ਉਹ ਘਰੇ ਆ ਮੈਂ ਕਿਹਾ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਮੁਨਸ਼ੀ ਨੇ ਸਾਨੂੰ ਨੰਬਰ ਦਿੱਤਾ ਫਿਰ ਸਾਡੇ ਨਾਲ ਦੋ ਜਣੇ ਸਿਕਿਉਰਟੀ ਮਕੀ ਪੁਲਿਸ ਵਾਲੇ ਨਾਲ ਆਏ ਕੱਲ ਅਸੀਂ ਬੰਦਾ ਚੁਕਵਾਇਆ ਫਿਰ ਅਸੀਂ ਕੀ ਲੱਗਦੇ ਤੁਸੀਂ ਲੜਕੀ ਲਾਂਗੀ ਇਹ ਕੀ ਮਸਲਾ ਜੀ ਸਾਰਾ ਮੈਂ ਗਿਆ ਸੀ ਜੀ ਬਾਹਰ ਮੰਜੀਪੁਰ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਫਿਰ ਮੈਂ ਕੁੜੀ ਨੂੰ ਜਾ ਕੇ ਕੁੱਟੀ ਜਾਂਦਾ ਸੀਗਾ ਛੋਟੀ ਮੈਂ ਖੋਈ ਫਿਰ ਮੈਂ ਕਦਮ ਚੱਕੀ ਵੀ ਕੁੜੀ ਨੂੰ ਕੀ ਹਕੀਕਤ ਹੈਗਾ ਜਿਹੜੇ ਕੁੜੀ ਨੂੰ ਕੁੱਟਦਾ ਮਾਰਦਾ ਹੈ ਫਿਰ ਮੈਂ ਥਾਣੇ 'ਚ ਗਈ ਥਾਣੇ 'ਚ ਕੁੜੀ ਦਾ ਬਿਆਨ ਵੀ ਆਈ ਅਤੇ ਥਾਣੇ ਵਾਲਾ ਮੇਰਾ ਕਾਰਵਾਈ ਕੁਛ ਨਹੀਂ ਕੀਤਾ ਫਿਰ ਕਿਉਂ ਕੁੱਟਦਾ ਸੀ ਕੁੜੀ ਨੂੰ ਉਹਦੀ ਮਾਂ ਦੱਸੂਗਾ ਨਾ ਮੈਂ ਤਾਂ ਕੋਲੇ ਹੈ ਹੀ ਨਹੀਂ ਬਸ ਆਹੀ ਹਕੀਕਤ ਦੱਸਿਆ ਜੀ ਵੀ ਮੇਰੇ ਪਾਪਾ ਕੱਪੜਾ ਖੋਲ ਕੇ ਨੀਂਦ ਵਾਲਾ ਗੋਲੀ ਖਿਲਾ ਕੇ ਲੈਂਦਾ ਕਰਤਾ ਮੈਨੂੰ ਪਤਾ ਹੀ ਨਹੀਂ